ਆਹ ਦੋਸਤੋ ਬਹੁਤ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ ਔਰ ਬਕਾਇਦਾ ਤੌਰ ਦੇ ਉੱਤੇ ਪੰਨੂ ਸਾਹਿਬ ਫਿਰ ਮੇਰੇ ਨਾਲ ਨੇ ਕੁਛ ਤੁਹਾਡੀਆਂ ਕਾਲਸ ਜਿਹੜੀਆਂ ਨੇ ਉਹ ਬਕਾਇਦਾ ਤੌਰ ਦੇ ਉੱਤੇ ਲਵਾਂਗੇ ਅਸੀਂ ਕਿਉਂਕਿ ਕਾਫੀ ਦੇਰ ਤੋਂ ਇੰਤਜ਼ਾਰ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ, ਮੈਂ ਗੁਲਿੰਦਰ ਗੱਲ ਬੋਲ ਰਿਹਾ ਸੈਕਰਾਮੈਂਟੋ ਤੋਂ। ਜੀ ਗੁਲਿੰਦਰ ਜੀ। ਹਾਂਜੀ, ਮੈਂ ਕੱਪ ਦੋ ਕੁ ਤਿੰਨ ਕੁਐਸਚਨ ਨੇ, ਮੈਂ ਇਕੱਠੀ ਪੁੱਛ ਲੈਣਾ ਤੇ ਬਾਕੀ ਜਵਾਬ ਇਹਨਾਂ ਤੋਂ ਦੇਖ ਰਿਹਾ। ਨੰਬਰ ਇੱਕ ਤਾਂ ਮੈਂ ਸੁਣਾਉਣਾ ਚਾਹੁੰਦਾ ਵੀ ਇਹ ਰੈਫਰੈਂਡਮ ਤਾਂ ਪੰਜਾਬ ਤੋਂ ਬਾਹਰ ਕਰਾਉਣਾ ਚਾਹੁੰਦੇ ਆ, ਤੇ ਫਿਰ ਇਹ ਕਿਵੇਂ ਮਲਕੀਅਤ ਪੰਜਾਬ ਦੀ ਕਿਵੇਂ ਦਿਖਾਉਣਗੇ ਵੀ ਅਸੀਂ ਖਾਲਿਸਤਾਨ ਉੱਥੇ ਹੀ ਬਣਾਉਣਾ, ਨੰਬਰ ਇੱਕ ਇਹ ਹੈ। ਨੰਬਰ ਦੋ ਤੇ ਅੱਗੇ ਉੱਥੇ 34% ਜਿਹੜੇ ਹੈਗੇ ਆਪਣੇ ਦਲਿਤ ਰਹਿੰਦੇ ਆ ਤੇ ਹਿੰਦੂ ਵੀ 20% ਦੇ ਕਰੀਬ ਆ, 19% ਦੇ ਕਰੀਬ, ਉਹਨਾਂ ਨੂੰ ਕਿਵੇਂ ਨਾਲ ਲਿਆ ਜਾਊਗਾ ਤੇ ਜੇ ਉਹਨਾਂ ਦੇ ਵੋਟ ਤੋਂ ਬਗੈਰ ਇਹ ਕਿਵੇਂ ਉੱਥੇ ਆਪਣਾ ਸਿੱਖ ਰਾਜ ਵੈਰੀਫਾਈ ਕਰਨਗੇ? ਹਾਂਜੀ ਪੰਨੂ ਸਾਹਿਬ, ਬੜਾ ਵੱਡਾ ਸਵਾਲ ਹੈ। ਦੇਖੋ, ਇਹ ਵਾਪਸ ਆ ਜਾਂਦੀ ਹੈ ਆਪਣੇ ਇਕਨੋਮਿਕ ਇੰਟਰਸਟ ਦੇ ਉੱਤੇ। ਜਿਵੇਂ ਪਹਿਲਾਂ ਆਪ ਜੀ ਨੂੰ ਦੱਸਿਆ ਸੀ ਔਰ ਸਾਰਿਆਂ ਨੂੰ ਦੱਸਦਾ ਕਿ ਪੰਜਾਬ ਦੀ ਜਿਹੜੀ ਐਗਰੀਕਲਚਰ ਦੀ ਇਕਨੋਮੀ ਹੈ ਉਹ 1.2 ਬਿਲੀਅਨ ਭਾਰਤੀ ਨੂੰ ਜਿਹੜੀ ਹੈ ਉਹ ਖੁਰਾਕ ਦਿੰਦੀ ਹੈ। ਜੇ ਤੁਹਾਡੇ ਕੋਲ 1.2 ਬਿਲੀਅਨ ਨੂੰ ਖੁਰਾਕ ਦੇਣ ਵਾਸਤੇ ਫੂਡ ਹੋਏਗਾ ਔਰ ਦੁਨੀਆ ਦੇ ਦੇਸ਼ ਜਿਹੜੇ ਆ ਉਹ ਭੁੱਖੇ ਮਰਦੇ ਆ ਈਵਨ ਵੀਟ ਅਤੇ ਰਾਈਸ ਅਤੇ ਦਾਲਾਂ ਲੈਣ ਵਾਸਤੇ, ਜਦੋਂ ਤੁਹਾਡੀ ਭਾਅ ਅੱਜ ਦੀ ਤਰੀਕ 'ਚ ਭਾਰਤ ਦੀ ਸਰਕਾਰ ਲਾਉਂਦੀ ਹੈ ਆਪਣੇ ਭੈਣ ਭਰਾ ਮਿਹਨਤ ਮੁਕਸ਼ ਕਰਕੇ, ਜਦੋਂ ਉਹ ਆਪਣੀਆਂ ਖੇਤਾਂ 'ਚ ਕੰਮ ਕਰਕੇ ਆਪਣੇ ਅਨਾਜ ਬਣਾਉਂਦੇ ਆ ਅਤੇ ਉਹਦਾ ਭਾਅ ਕੌਣ ਲਾਉਂਦਾ? ਭਾਰਤ ਦੀ ਸਰਕਾਰ। ਜਦੋਂ ਪੰਜਾਬ ਆਜ਼ਾਦ ਹੋਏਗਾ ਭਾਅ ਕੌਣ ਲਗਾਓਗੇ? ਤੁਸੀਂ, ਜੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਵਿਕਦਾ ਜਿਹੜਾ ਕਿ 100 ਗੁਣਾ ਜ਼ਿਆਦਾ ਹੁੰਦਾ। ਇਹ ਤੁਸੀਂ ਆਪ ਨੋਟ ਕਰ ਚੁੱਕੇ ਹੋ ਕਿ ਆੜ੍ਹਤੀਆ ਤੁਹਾਡੇ ਕੋਲੋਂ ਤੁਹਾਡੀ ਹੀ ਫਸਲ ਲੈ ਕੇ 10 ਗੁਣਾ 'ਤੇ ਵੇਚਦਾ ਅਤੇ ਤੁਸੀਂ ਆਪਣੀ ਫਸਲ ਲਾ ਕੇ 100 ਗੁਣਾ 'ਤੇ ਵੇਚੋਗੇ। ਜਿਹੜੇ ਡਾਲਰਾਂ ਦੀ ਗੱਲ ਆਪਾਂ ਕਰਦੇ ਹਾਂ ਜਾਂ ਜਿਹੜੇ ਉੱਥੇ ਛੋਟੇ ਵਰਗ ਦੀ ਗੱਲ ਕਰਦੇ ਹਾਂ, ਉੱਥੇ ਸਾਰਿਆਂ ਲੋਕਾਂ ਕੋਲ ਬੈਂਜ਼ ਅਤੇ BMW ਗੱਡੀਆਂ ਹੋਣਗੀਆਂ। ਇਹ ਮੇਰੀ ਗੱਲ ਤੁਸੀਂ ਨੋਟ ਕਰ ਲਿਓ, ਕਿਸੇ ਨੂੰ ਮੁਸ਼ਕਲ ਨਹੀਂ ਪੈਣੀ ਪੰਜਾਬ ਦੇ ਵਿੱਚ। ਪੰਨੂ ਸਾਹਿਬ, ਇਹਦੇ ਨਾਲ ਹੀ ਮੈਂ ਸਮਝਾਂਗਾ ਕਿ ਇਹਨਾਂ ਦਾ ਇੱਕ ਹੋਰ ਸਵਾਲ ਸੀ ਵੀ 34% ਦਲਿਤ ਨੇ, 20% ਹਿੰਦੂ ਨੇ ਅਤੇ ਸਿੱਖ ਜਿਹੜਾ ਉਹ ਮਾਈਨੋਰਟੀ ਦੇ ਵਿੱਚ, ਉਹਨਾਂ ਨੂੰ ਕਿਵੇਂ ਲਿਆ ਜਾਏਗਾ? ਨੀਤੀ ਦਿਖਾਈ ਜਾਏਗੀ ਜਦੋਂ ਰੈਫਰੈਂਡਮ ਸਰਕਾਰੀ ਤੌਰ 'ਤੇ ਆਏਗਾ, ਉਦੋਂ ਤੁਹਾਡੇ ਇਕਨੋਮਿਕ ਬੈਨੀਫਿਟ, ਤੁਹਾਡੇ ਰਾਜਨੀਤਿਕ ਬੈਨੀਫਿਟ ਅਤੇ ਤੁਹਾਡੀ ਐਗਰੀਕਲਚਰ ਦਾ ਬੈਨੀਫਿਟ, ਤੁਹਾਡੀ ਇਲੈਕਟ੍ਰਿਸਿਟੀ ਦਾ ਬੈਨੀਫਿਟ, ਉਹ ਸਾਰੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਦਿਖਾਏ ਜਾਣਗੇ। ਐਜੂਕੇਸ਼ਨ ਦਾ ਦਿਖਾਇਆ ਜਾਏਗਾ, ਪੰਜਾਬ ਨੂੰ ਜਿਹੜਾ ਇੱਕ ਡਰੱਗ ਫਰੀ ਇਨਵਾਇਰਮੈਂਟ ਦਿੱਤੀ ਜਾਏਗੀ। ਜਦੋਂ ਇਹ ਸਾਰਾ ਕੁਝ ਉਹ ਆਪਣੀ ਅੱਖੀ ਸ਼ੀਸ਼ਾ ਵੇਖਣਗੇ ਤਾਂ ਪੰਜਾਬ ਜਿਹੜਾ ਉਹ ਆਜ਼ਾਦੀ ਦੇ ਰਸਤੇ ਤੋਂ ਜਾਣ ਨੂੰ ਕੋਈ ਵੀ ਨਹੀਂ ਰੋਕ ਸਕੇਗਾ। ਜੀ, ਮੇਰੇ ਨਾਲ ਦੀ ਨਾਲ ਇੱਕ ਇਹਦੇ ਤੁਹਾਨੂੰ ਸਵਾਲ ਹੈ, ਬਿਕਾਜ਼ ਕਿਉਂਕਿ ਇਹਦੇ ਨਾਲ ਮਿਲਦਾ ਜੁਲਦਾ ਜਿਹੜਾ ਉਹ ਸਵਾਲ ਹੈ। ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕਿ ਸੁਲਝੇ ਹੋਏ ਇਨਸਾਨ ਨੇ, ਮੇਰੇ ਕੋਲ ਪ੍ਰੋਗਰਾਮਾਂ ਦੇ ਉੱਤੇ ਵੀ ਆਉਂਦੇ ਨੇ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀਕਐਂਡ ਦੇ ਉੱਤੇ ਵਿਹਲੇ ਇਹ ਲੋਕ ਇੱਕ ਪੰਫਲੇਟ ਵੀਕਐਂਡ ਦੇ ਉੱਤੇ ਛਪਾ ਕੇ ਅਤੇ ਰੈਫਰੈਂਡਮ ਦੀ ਗੱਲ ਕਰਨ ਲੱਗਦੇ ਨੇ, ਅਤੇ ਜੇ ਰੈਫਰੈਂਡਮ ਕਰਾਉਣਗੇ, ਜੇ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਨੇ, ਅਤੇ ਕੀ ਉੱਥੇ ਦੀਆਂ ਸੁੱਖ ਸਹੂਲਤਾਂ ਛੱਡ ਕੇ ਪੰਜਾਬ ਦੇ ਵਿੱਚ ਵਸਣਗੇ? ਇਸ ਦੇ ਸੰਬੰਧੀ ਤੁਹਾਡਾ ਕੀ ਜਵਾਬ ਹੈ? ਦੇਖੋ, GK ਜੋ ਹੈ ਉਹ ਦਿੱਲੀ ਸਿੱਖ ਐਂਡ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ, ਜਿਹੜੀ ਕਿ ਇੱਕ ਧਾਰਮਿਕ ਸੰਸਥਾ ਹੈ। ਪਹਿਲੀ ਗੱਲ ਤਾਂ ਹੈ ਵੀ ਉਹਦਾ ਬਾਹਰ ਦੇ ਵਸਦੇ ਸਿੱਖ ਜਾਂ ਪੰਜਾਬ ਦੇ ਵਸਦੇ ਸਿੱਖਾਂ ਦੇ ਵਾਸਤੇ ਰਾਜਨੀਤਿਕ ਵਿਚਾਰ ਦੇਣਾ ਉਹਦਾ ਆਪਣਾ ਪਰਸਨਲ ਵਿਚਾਰ ਹੋ ਸਕਦਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਪ੍ਰਧਾਨ ਹੈ ਜਾਂ ਜਿਹੜਾ ਉਹਨਾਂ ਦਾ ਕੋਈ ਮੇਨ ਸਕੱਤਰ ਹੈ ਉਹ ਦੇਵੇ ਅਤੇ ਅਸੀਂ ਉਹਦਾ ਰਾਜਨੀਤਿਕ ਜਵਾਬ ਦੇਵਾਂਗੇ। ਪਰ ਜਿਹੜੇ GK ਵਰਗੇ ਅਮੀਰ ਸਿੱਖ ਹੈ ਜਾਂ ਜਿਹੜੇ ਰਜਵਾੜੇ ਹੈ ਜਿਨ੍ਹਾਂ ਨੇ ਜਿਨ੍ਹਾਂ ਦੀ ਅੱਜ ਦੀ ਹੋਂਦ ਜਾਂ ਅੱਜ ਦੀ ਕੁਰਸੀ ਉਸ 84 ਸਿੱਖ ਨਸਲਕੁਸ਼ੀ ਜਿਹੜੀ ਕਿ ਦਿੱਲੀ ਦੇ ਵਿੱਚ ਹੋਈ ਹੈ ਉਹਦੀਆਂ ਜਿਹੜੀਆਂ ਰਾਖ ਜਿਹੜੀ ਉੱਡਦੀ ਪਈ ਹੈ ਸਵਾਹ ਅੱਜ ਵੀ ਦਿੱਲੀ ਦੀ ਸੜਕਾਂ 'ਤੇ ਉੱਡ ਰਹੀ ਹੈ, ਲੇਕਿਨ ਉਹ ਇਹਨਾਂ ਨੂੰ ਚੇਤਾ ਨਹੀਂ ਗਾ। ਲੇਕਿਨ ਇਹ ਕਹਿ ਦੇਣਾ ਕਿ ਬਾਹਰ ਵੱਸਦੇ ਜਿਹੜੇ ਸਿੱਖ ਹੈ ਉਹ ਖਾਲਿਸਤਾਨੀ ਉੱਥੇ ਆ ਕੇ ਰਹਿਣਗੇ ਕਿ ਨਹੀਂ ਆਉਣਗੇ, ਤੁਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਲਿਓ ਕਿ ਅਸੀਂ ਉੱਥੇ ਜਿੰਨੇ ਨੇ ਵੀ ਰੈਫਰੈਂਡਮ ਕਰਾਉਣਾ ਅਸੀਂ ਰੈਫਰੈਂਡਮ ਕਰਵਾਉਣ ਵਾਸਤੇ ਵੀ ਆਵਾਂਗੇ, ਰਹਿਣ ਵਾਸਤੇ ਵੀ ਆਵਾਂਗੇ। ਔਰ ਇਹ ਵੀ ਗੱਲ ਨੋਟ ਕਰ ਲਓ, ਸ਼ਾਇਦ ਅਸੀਂ ਉੱਥੇ ਪਹੁੰਚ ਚੁੱਕੇ ਹੋਈਏ ਤਾਂ ਹੀ ਰੈਫਰੈਂਡਮ ਦੀ ਲਹਿਰ ਜਿਹੜੀ ਪੰਜਾਬ ਦੇ ਵਿੱਚ ਅਤੇ ਪੂਰੇ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਜਿਹੜੀ ਚੱਲ ਚੁੱਕੀ ਹੈ। ਸੋ ਤੁਸੀਂ ਸਿਰਫ ਗੁਰਪਤਵੰਤ ਸਿੰਘ ਪੰਨੂ ਜਾਂ ਸਿੱਖਸ ਫਾਰ ਜਸਟਿਸ ਨੂੰ ਨਾ ਵੇਖੋ, ਇਹ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਅਤੇ ਸਿੱਖ ਕੌਮ 'ਚ ਘਰ ਘਰ 'ਚ ਵੜ ਚੁੱਕੀ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂ, ਸ਼ੇਰਗਿੱਲ ਬੋਲਦਾ ਤੇ ਮੈਂ ਸਤਿ ਸ਼੍ਰੀ ਅਕਾਲ ਬਣਾਉਂਗਾ ਤੁਹਾਨੂੰ ਸਾਹਿਬ ਹੋਣਾ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਿਆੜ ਸਾਹਿਬ, ਸਭ ਤੋਂ ਪਹਿਲਾਂ ਤਾਂ ਮੇਰੀ ਯਾਦ ਜਾਣੀ ਨਿੱਜੀ ਰਹੇ ਹੈ, ਜਾਣੀ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਭਲਾ, ਨਾ ਤਾਂ ਗਰਮ ਭਾਸ਼ਣ ਦੇ ਕੇ ਨਾ ਉੱਚੀ ਨਾਅਰੇ ਲਾ ਕੇ
ਹੋਣਾ ਹੈ ਤੇ ਕੁਝ ਸੰਜੀਦਗੀ ਨਾਲ ਸੋਚ ਕੇ ਹੀ ਹੋਊਗਾ ਰਾਈਟ ਤੇ ਨਾਲ ਦੀ ਨਾਲ ਮੇਰੇ ਯਾਰ ਸਾਹਿਬ ਨੂੰ ਸਾਨੂੰ ਦੋ ਅਹਿਮ ਸਵਾਲ ਹੈ ਜੀ ਇਹ ਕੀ ਆਪਾਂ ਹਰਿਆਰ ਸਾਹਿਬ ਇੱਥੋਂ ਹੀ ਮੰਗ ਕਰ ਸਕਦੇ ਹਾਂ ਕਿਉਂਕਿ ਜਾਂ ਵੱਖਰੇ ਰਾਜ ਦੀ ਜਾਂ ਖੁਦਮੁਖਤਿਆਰੀ ਦੀ ਕਿਉਂਕਿ ਆਪਾਂ ਇੱਥੇ ਖੁੱਲੀ ਹਵਾ ਚ ਸਾਹ ਲੈਂਦੇ ਹਾਂ ਆਪਣੀਆਂ ਲੋੜਾਂ ਜਿਹੜੀਆਂ ਬੜੀ ਆਸਾਨੀ ਨਾਲ ਪੂਰੀਆਂ ਹੁੰਦੀਆਂ ਥੋੜੀ ਜਿਹੀ ਇਮਾਨਦਾਰੀ ਦੇ ਸੱਚ ਪੱਖ ਵੀ ਆਪਾਂ ਨੂੰ ਇੱਥੇ ਈਜ਼ੀ ਹੈ ਤੇ ਰਹਿਣਾ ਵੀ ਸੌਖਾ ਹੈ ਇਸ ਕਰਕੇ ਆਪਾਂ ਇੱਥੋਂ ਛੇਤੀ ਮੰਗ ਕਰਦੇ ਹਾਂ ਹਰਿਆਰ ਸਾਹਿਬ ਇਸਦੇ ਬਿਲਕੁਲ ਉਲਟ ਪੰਜਾਬ ਦੇ ਜਿਹੜੇ ਲੋਕ ਆ ਹਰਿਆਰ ਸਾਹਿਬ ਉਹ ਉੱਥੋਂ ਦੇ ਸਿਸਟਮ ਦੇ ਮੁਤਾਬਕ ਇੰਨੇ ਕਾਦੀ ਹੋ ਚੁੱਕੇ ਆ ਭਾਵੇਂ ਪਾਰਟੀ ਕੋਈ ਵੀ ਹੈ ਰੂਲਿੰਗ ਪਾਰਟੀ ਉਹ ਇੰਨੇ ਕਾਦੀ ਹੋ ਚੁੱਕੇ ਆ ਉਹ ਤਾਂ ਇੰਨੇ ਕੁ ਭੁਲੱਕੜ ਆ ਹਰਿਆਰ ਸਾਹਿਬ ਜਦੋਂ ਉਹ 500 ਸਾਲ ਪਹਿਲਾਂ ਦਾ ਗੁਰੂ ਨਾਨਕ ਦੇਵ ਜੀ ਵਾਲਾ ਕਨਸੈਪਟ 100 ਸਾਲਾਂ ਭਾਸ਼ਾ ਵਾਲਾ ਕਨਸੈਪਟ ਵੀ ਭੁੱਲ ਗਏ ਉਹਨਾਂ ਨੇ ਉਹ ਨੀ ਯਾਦ ਰੱਖਿਆ ਤੇ ਨਾ ਉਹਨਾਂ ਨੇ ਯਾਦ ਆ 30 ਸਾਲ ਵਾਲਾ ਜਿਹੜਾ ਆਪਾਂ 83 ਤੋਂ ਲੈ ਕੇ ਹੁਣ ਤੱਕ ਵਾਪਰਿਆ ਉਹ ਨੀ ਯਾਦ ਰੱਖਿਆ ਕਿਵੇਂ ਦੇਖੋ ਉਹਨਾਂ ਨੇ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਮਤ ਵਿੱਚ ਭਾਵੇਂ ਪਾਰਟੀ ਭਾਵੇਂ ਕਾਂਗਰਸ ਹੈ ਭਾਵੇਂ ਦੂਜੀ ਪਾਰਟੀ ਅਕਾਲੀ ਪਾਰਟੀ ਹੈ ਜੋ ਕਿ ਜ਼ਿੰਮੇਵਾਰ ਹੈ ਦੋਨੋਂ ਬਰਾਬਰ ਹੈ ਪੰਜਾਬ ਦੀ ਸ਼ਤਾਬਦੀਆਂ 84 ਤੋਂ ਲੈ ਕੇ ਹੁਣ ਤੱਕ ਜੋ ਵਾਪਰਿਆ ਇਹ ਭੁੱਲ ਜਾਂਦੇ ਰਹੇ ਤੇ ਵੋਟਾਂ ਨੂੰ ਉਹਨਾਂ ਨੂੰ ਪਾਉਂਦੇ ਆ ਮੇਰਾ ਪੰਨੂ ਸਾਹਿਬ ਉਹਨਾਂ ਨੂੰ ਇਹ ਸਵਾਲ ਹੈ ਵੀ ਕੀ ਤੁਸੀਂ ਉਹਨਾਂ ਲੋਕਾਂ ਨੂੰ ਕਿਵੇਂ ਸਪੋਰਟ ਚ ਲਾਓਗੇ ਕਿਵੇਂ ਉਹਨਾਂ ਦੀ ਰੈਸ਼ਮਾਰੀ ਲਾਓਗੇ ਇਹ ਪੰਜਾਬ ਦੇ ਲੋਕ ਵਾਕਈ ਇਹ ਚਾਹੁੰਦੇ ਆ ਰੈਫਰੈਂਡਮ ਤੇ ਜਾਂ ਵੱਖਰਾ ਕਿੱਸਾ ਚਾਹੁੰਦੇ ਜਾਂ ਉਹ ਆਦੀ ਇੰਨੇ ਕੁ ਹੋ ਚੁੱਕੇ ਆ ਵੀ ਕਰਨ ਲਈ ਘਾਣ ਇਹ ਨਾ ਨਾ ਹੋਵੇ ਵੀ ਬਾਹਰੋਂ ਬੈਠੇ ਆਪਾਂ ਨਾਰੇ ਲਾਈ ਜਾਈਏ ਤੇ ਪੰਜਾਬ ਦੇ ਵਿੱਚ ਉੱਥੇ ਘਾਣ ਹੋਈ ਜਾਵੇ ਇਸ ਗੱਲ ਦਾ ਮੈਂ ਜੋ ਸਵਾਲ ਮੈਂ ਪੁੱਛਣਾ ਹੈ ਹੈਲੋ 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 ਹਾਂਜੀ ਬਲ ਜੀ ਜੀ ਰਿਆੜ ਸਾਹਿਬ ਤੁਸੀਂ ਬਹੁਤ ਵਧੀਆ ਅੱਜ ਦਾ ਮੁੱਦਾ ਲਿਆ ਕੇ ਇਹ ਜਿਹੜਾ ਭੁਲੇਖਾ ਜਿਹਾ ਪਿਆ ਹੈਗਾ ਕਾਫੀ ਲੋਕਾਂ ਨੂੰ ਉਹਦੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜੀ ਜੀ ਤੇ ਮੈਂ ਜਿੰਨੇ ਸਾਰੇ ਪੰਨੂ ਸਾਹਿਬ ਨੂੰ ਸਵਾਲ ਕਰੀ ਜਾਂਦੇ ਮੈਂ ਉਹਨਾਂ ਵੀਰਾਂ ਨੂੰ ਕਰਦਾ ਵਾ ਵੀ ਜਿੰਨਾ ਪੰਜਾਬੀ ਸੂਬੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਮਰੇ ਵੀ ਘਰ ਵੀ ਜੇਲ੍ਹਾਂ ਵੀ ਕੱਟੀਆਂ ਉਹ ਤੋਂ ਬਾਅਦ 84-78 ਅੱਜ ਤੱਕ ਚੱਲੀ ਜਾਣ ਡਿਆ ਇਹ ਉਹਨਾਂ ਲੀਡਰਾਂ ਨੂੰ ਕਿਉਂ ਨੀ ਸਵਾਲ ਕਰਦੇ ਵੀ ਇਹਦੀ ਲੋੜ ਕਿਉਂ ਪਈ ਆ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਚ ਆਪਾਂ ਸਾਰੇ ਪੇਂਡੂ ਜਿਹੜੇ ਵੀ ਬੰਦੇ ਰਹਿੰਦੇ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਫੇਰੇ ਕਰਦੇ ਸੀ ਭਾਵੇਂ ਹਿੰਦੂ ਖੱਤਰੀ ਸੀ ਭਾਵੇਂ ਕੋਈ ਉਹ ਵੋਟ ਪਾਉਣ ਦੇ ਅਧਿਕਾਰੀ ਸੀ ਤੇ ਉਹਨਾਂ ਵੋਟਾਂ ਦਾ ਅਧਿਕਾਰ ਵੀ ਖੋਹ ਲਿਆ ਤੇ ਹੁਣ ਇਹ ਕਹਿਣ ਵੀ ਤੁਸੀਂ ਹਾਈ ਕੋਰਟ ਚ ਕਿਉਂ ਗਏ ਜੇ ਸੁਪਰੀਮ ਕੋਰਟ ਚ ਕੋਈ ਗਏ ਗਏ ਆ ਤੇ ਉਹ ਹੱਕ ਮਿਲਿਆ ਜੀ ਉਹ ਸ਼੍ਰੋਮਣੀ ਕਮੇਟੀ ਉਦੋਂ ਦੀ ਜਾਮ ਹੋਈ ਪਈ ਆ ਮਿਹਰਬਾਨੀ ਜੀ ਪੰਨੂ ਸਾਹਿਬ ਗੱਲਾਂ ਦੇ ਜਵਾਬ ਜਿਹੜੇ ਨੇ ਉਹ ਅਗਲੇ ਪੋਰਸ਼ਨ ਦੇ ਵਿੱਚ ਦਿੱਤੇ ਜਾਣਗੇ ਮਜ਼ਬੂਰੀ ਬਸ ਮੇਰੀਆਂ ਵੀ ਕੁਛ ਤੋਂ ਮਜ਼ਬੂਰੀਆਂ ਰਹੀ ਹੋਗੀ ਜੋ ਕੋਈ ਬੇਵਫਾ ਨਹੀਂ ਹੁੰਦਾ ਬ੍ਰੇਕ ਲੈਣੀ ਪਏਗੀ ਸੋ ਦੋਸਤੋ ਪ੍ਰੋਗਰਾਮ ਇਸੇ ਤਰ੍ਹਾਂ ਰਹੇਗਾ ਜਾਰੀ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ